ਜਸਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ, ਅੱਜ ਅਸੀਂ ਖੜ੍ਹੇ ਹੈ ਪਿੰਡ ਖੇਮੂ ਆ ਨਾ, ਜਸਵੀਰ ਸਿੰਘ ਜੀ ਦੇ ਖੇਤ 'ਚ। ਅਤੇ ਜਸਵੀਰ ਜੀ, ਤੁਸੀਂ ਇਹ ਜਿਹੜੀ ਕਣਕ ਬੀਜੀ ਸੀ 21 ਨਵੰਬਰ ਨੂੰ ਬੀਜੀ ਸੀ, ਹਾਂਜੀ ਹਾਂਜੀ, ਅਤੇ ਵਰਾਇਟੀ 222 ਸੀਗੀ, ਹਾਂਜੀ ਹਾਂਜੀ। ਅਤੇ ਇਹਦੇ 'ਚ ਆਪਣੇ ਸੁਰਜੀਤ ਜੀ ਆ ਕੇ ਇੱਕ ਡੈਮੋਸਟ੍ਰੇਸ਼ਨ ਲਾ ਕੇ ਗਏ ਸੀਗੇ, ਹਾਂਜੀ ਹਾਂਜੀ। ਉਹ ਕਿਹੜੀ ਦਵਾਈ ਸੀਗੀ? ਉਹ ਨੇਤਾ ਜੀ ਸੀ। ਨੇਤਾ ਜੀ ਕਿਹੜੀ ਕੰਪਨੀ ਦੀ? ਘਰੜਾ ਦੀ। ਘਰੜਾ ਦੀ, ਘਰੜਾ ਦੀ ਨੇਤਾ ਜੀ। ਅੱਛਾ, ਮੈਂ ਇੱਕ ਗੱਲ ਦੱਸਦਾ, ਤੁਸੀਂ ਦੇਖ ਰਿਹਾ ਮੈਂ ਜਿਵੇਂ ਕਿ ਚੌਥੇ ਦਿਨ ਤੁਹਾਡੀ ਰਿਜ਼ਲਟ ਦੇਖ ਕੇ, ਤੇ ਤੁਸੀਂ ਸਾਰੇ 'ਚ ਕਰਤੀ, ਤੇ ਤੁਸੀਂ ਇਹਦੇ 'ਚ ਕੀ ਦੇਖਿਆ ਨੇਤਾ ਜੀ ਦੇ ਵਿੱਚ, ਕਿਉਂ ਕੀਤਾ ਇਹਨੂੰ? ਇਹਦੇ 'ਚ ਜੀ ਵੇਖਿਆ, ਅੱਗੇ ਮੈਂ ਸਾਰੀਆਂ ਸਪਰੇਹਾਂ ਅਲੱਗ ਅਲੱਗ ਕਰਕੇ ਦੇਖੀਆਂ ਜੀ। ਅੱਛਾ, ਡੈਮੋ ਟੈਪ 'ਤੇ ਵੀ ਲਾ ਕੇ ਵੇਖ ਲਿਆ, ਸਾਰੇ ਬਾਂਹ 'ਚ ਵੀ ਪਾ ਕੇ ਵੇਖ ਲਿਆ। ਠੀਕ ਹੈ। ਉਹਨਾਂ ਦਾ ਰਿਜ਼ਲਟ ਇੰਨੀ ਜਲਦੀ ਨਹੀਂ ਆਇਆ। ਠੀਕ ਹੈ। ਇਹਨਾਂ ਦਾ ਰਿਜ਼ਲਟ ਜਦੋਂ ਚੌਥੇ ਦਿਨ ਵੇਖਿਆ, ਮੈਂ ਤਕਰੀਬਨ ਮੇਰੇ ਕੋਲ 24-25 ਕਿੱਲੇ ਵਾਹਣਾ ਸਾਰੇ ਦੀ ਮੈਂ ਲਿਆ ਕੇ। ਅੱਛਾ। ਅਤੇ ਚੌਥੇ ਦਿਨ ਲਿਆ ਕੇ ਮੈਂ ਸਪਰੇਅ ਕਰਤੀ। ਚੌਥੇ ਦਿਨ ਅੱਜ ਮਤਲਬ ਮੈਂ ਸਾਰਾ ਵਾਹਣ ਕਲੀਅਰ ਕਰਤਾ ਜੀ, ਸਾਰਾ ਨੇਤਾ ਜੀ ਪਾ ਕੇ। ਨੇਤਾ ਜੀ ਪਾ ਕੇ ਕਲੀਅਰ ਕਰਤਾ। ਹਾਂਜੀ, ਇਹ ਮਤਲਬ ਜਿਹੜਾ ਦੇਖੋ ਜੀ ਥੱਲੇ ਚੌਥੇ ਦਿਨ ਦਾ ਮਤਲਬ ਬਹੁਤ ਵਧੀਆ ਰਿਜ਼ਲਟ ਆਇਆ। ਜਿਹੜੀ ਇਹ ਕਣਕ ਹੈ ਜੀ, ਇਹ ਮਤਲਬ ਪੂਰੀ ਪਲੱਤਣ 'ਤੇ ਪੂਰੀ ਖਤਮ ਸੀਗੀ ਜੀ ਇਹ। ਓਕੇ। ਇਹਦਾ ਰਿਜ਼ਲਟ ਮੈਂ ਤਾਂ ਲਿਆ ਸੀਗਾ, ਇੱਥੇ ਵੀ ਇੱਥੇ ਜਮ੍ਹਾਂ ਖਤਮ ਕਣਕ ਹੈ ਅਤੇ ਗੁੱਲੀ ਵਾਧੂ ਅਣਦੀਨ ਫੁੱਲ ਆ ਜੀ। ਅੱਛਾ। ਉੱਥੇ ਰਿਜ਼ਲਟ ਲਾਇਆ ਜੀ, ਉਹਦਾ ਮੈਨੂੰ ਇੱਕ ਰਿਜ਼ਲਟ ਇਹਦਾ ਇੱਕ ਹੋਰ ਵਧੀਆ ਲੱਗਿਆ ਕਿ ਵੀ ਇਹ ਯੂਰੀਆ ਦਾ ਵੀ ਨਾਲ ਕੰਮ ਕਰ ਗਈ ਜੀ, ਕਿੱਲੇ ਦੇ ਮੁਤਾਬਕ ਜਿਵੇਂ ਆਪਾਂ ਗੱਟਾ ਪਾ ਦਿੰਦੇ ਹਾਂ ਯੂਰੀਆ ਦਾ, ਉਦੋਂ ਵੀ ਰਿਜ਼ਲਟ ਅੱਛਾ ਆਇਆ ਜੀ ਇਹਦਾ। ਨਹੀਂ, ਯੂਰੀਆ ਦਾ ਜਦੋਂ ਆਪਾਂ ਗੱਟਾ ਪਾਉਂਦੇ ਹਾਂ ਉਹ ਤਾਂ ਕਦ ਨੂੰ ਵਧਾਉਂਦੀ ਹੈ, ਇਹ ਕਦ ਵਧਾ ਰਹੀ ਕਿ ਕੁਛ ਹੋਰ? ਕਦ ਵੀ ਵਧਾ ਰਹੀ ਹੈ ਜੀ, ਰੰਗ ਦਾ ਵੀ ਕਲਰ ਵੀ ਬਹੁਤ ਸੋਹਣਾ ਬਣ ਗਿਆ। ਕਲਰ ਇਹ ਖਤਮ ਸੀਗਾ, ਪੀਲੇ ਪਾਣ 'ਚ ਸੀਗਾ, ਜਿਵੇਂ ਆਪਾਂ ਪਾਣੀ ਦੀ ਦਾਬ ਮੰਨ ਕੇ ਚੱਲੋ, ਚਾਹੇ ਦਾ ਗਲੋਥ ਕਰਨ ਨੂੰ ਤਣੇ ਦਾ ਖਤਮ ਹੋ ਗਿਆ। ਅੱਛਾ। ਉਹਦਾ ਕਲੀਅਰ ਮਤਲਬ ਐ ਲੱਗਿਆ ਵੀ ਜਿਵੇਂ ਇਹਨੂੰ ਯੂਰੀਆ ਦਾ ਜਾਂ ਕੋਈ ਹੋਰ ਤੱਤ ਵਗੈਰਾ ਪਾਤਾ। ਅੱਛਾ, ਇਹੋ ਜਿਹਾ ਲੱਗਿਆ, ਟਾਨਿਕ ਮਿਲ ਗਿਆ। ਹਾਂ, ਇਹਦਾ ਟਾਨਿਕ ਮਿਲ ਕੇ ਬਹੁਤ ਵਧੀਆ ਰਿਜ਼ਲਟ। ਜਦੋਂ ਟਾਨਿਕ ਮਿਲਦਾ ਤਾਂ ਫਿਰ ਟਾਨਿਕ ਤਾਂ ਦੋਨੋਂ ਨੂੰ ਮਿਲਿਆ, ਨਦੀਨ ਨੂੰ ਵੀ ਮਿਲਿਆ ਤੇ ਕਣਕ ਨੂੰ ਮਿਲਿਆ, ਤੇ ਨਦੀਨ ਦਾ ਕੀ ਹੋਇਆ? ਨਦੀਨ ਖਤਮ ਹੋ ਗਿਆ ਜੀ, ਨਦੀਨ ਨੂੰ ਖਤਮ ਕਰਤਾ, ਇਹਨੂੰ ਮਿਲ ਗਿਆ ਜੀ, ਜਿਹੜਾ ਧਰਤੀ ਵਾਲਾ ਸੀ ਜੋ ਇਹਦਾ ਸੀ, ਸਾਰਾ ਕਣਕ ਨੂੰ ਮਿਲ ਗਿਆ, ਕਣਕ ਨੂੰ ਮਿਲਣਾ ਸ਼ੁਰੂ ਹੋ ਗਿਆ। ਹਾਂਜੀ ਹਾਂਜੀ। ਤੇ ਕਣਕ ਦੀ ਗਰੋਥ ਵਧੀਆ ਚਾਲੂ ਹੋ ਗਈ? ਬਹੁਤ ਵਧੀਆ ਜੀ। ਤੇ ਇਹਦੇ 'ਚ ਜਿਵੇਂ ਮੈਂ ਦੇਖ ਰਿਹਾ ਬਾਥੂ ਕਾਫੀ ਸੀਗਾ, ਤੇ ਬਾਥੂ ਤਾਂ ਲੋਕੀ ਕਹਿੰਦੇ 240 ਨਾਲ ਮਰ ਜਾਂਦਾ, ਤਾਂ ਤੁਸੀਂ ਨੇਤਾ ਜੀ ਕਿਉਂ ਕੀਤਾ? ਨਹੀਂ ਜੀ ਨਹੀਂ, ਇਹਦੇ ਨਾਲ ਮੈਂ 1-2 ਦਿਨ ਲਈ ਰੁਕਦਾ। ਹਾਂ, ਨਹੀਂ ਰੁਕਦਾ। ਹੁਣ ਇਹ ਲੱਗਦਾ ਕਿ ਚੱਲੂਗਾ ਦੁਬਾਰਾ? ਨਹੀਂ ਜੀ, ਹੁਣ ਨਹੀਂ ਚੱਲਦਾ, ਹੁਣ ਖਤਮ ਆ ਜੀ ਇਹ, ਖਤਮ। ਕਿਵੇਂ ਕਹਿ ਸਕਦੇ ਹੋ ਕਿ ਖਤਮ ਹੋ ਗਿਆ? ਇਹਦਾ ਜੀ ਜਿਹੜਾ ਆਹ ਚੀਜ਼ ਆ ਨਾ, ਇਹਨੇ ਮਤਲਬ ਹਰਾ ਹੀ ਰਹਿੰਦਾ, ਆਹ ਸਿਸਟਮ ਆ ਜੀ ਜਿਹੜਾ, ਇਹ ਹਰਾ ਰਹਿੰਦਾ। ਅੱਛਾ, ਇਹ ਖਤਮ ਹੋ ਗਿਆ ਜੀ, ਇਕੱਠਾ ਹੋ ਚੱਲਿਆ, ਇਕੱਠਾ ਹੋ ਚੱਲਿਆ ਇਹ। ਹਾਂਜੀ, ਤੇ ਤੁਸੀਂ ਦੇਖੋ ਇਹਦਾ ਟਿਪ 'ਚ ਖਤਮ ਹੋ ਗਿਆ, ਤੇ ਇਹ ਮੁੱਛ ਮਰੋੜ ਜਿਹਾ ਖਤਮ ਹੋ ਗਿਆ, ਮੁੱਛ ਹੋ ਗਿਆ, ਚੌਥੇ ਦਿਨ ਜੜ ਵੀ ਖਤਮ ਹੋ ਗਈ ਇਹਦੀ। ਹਾਂਜੀ ਹਾਂਜੀ। ਇੱਕ ਜਸਵੀਰ ਜੀ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਜਿਸ ਦਿਨ ਮੈਂ ਡੈਮੋ ਲਾ ਗਿਆ, ਇਹਦੇ ਵਿੱਚ ਬਹੁਤ ਜ਼ਿਆਦਾ ਖੱਟੇ ਨਿਸ਼ਾਨ ਨਜ਼ਰ ਆਉਂਦੇ ਥੱਲੇ ਪੱਤੇ, ਉਹੀ ਦੱਸ ਰਹੇ ਹਾਂ ਜੀ, ਉਹਦਾ ਰਿਜ਼ਲਟ ਹੀ ਮਤਲਬ ਸਾਨੂੰ ਬਹੁਤ ਵਧੀਆ ਲੱਗਿਆ, ਜਿਹੜਾ ਪੀਲਾਪਣ ਸੀ ਉਹ ਵੀ ਖਤਮ ਹੋ ਗਿਆ ਇਹਦੇ ਨਾਲ। ਠੀਕ ਹੈ। ਇਹਦਾ ਪੀਲਾਪਣ ਬਹੁਤ ਜ਼ਿਆਦਾ ਸੀ, ਪੀਲਾਪਣ ਵੀ ਇਹਨੇ ਚੱਕਤਾ, ਪੀਲਾਪਣ ਵੀ। ਹਾਂ, ਪੀਲਾਪਣ ਜਿਵੇਂ ਆਪਾਂ ਆਖ ਦਿੰਦੇ ਹਾਂ ਕੋਈ ਤੱਤ ਵਗੈਰਾ ਪਾ ਦਿਓ, ਹੋਰ ਚੀਜ਼ਾਂ ਪਾ ਦਿਓ, ਇਹ ਪਾਉਣ ਦੀ ਨਹੀਂ ਲੋੜ। ਜਿੱਥੇ ਨਦੀਨ ਹੈਗਾ ਚੌੜੇ ਪੱਤੇ ਵਾਲਾ, ਇਹਦਾ ਰਿਜ਼ਲਟ ਪਾਓ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਇਹਦਾ, ਦਿਲੋਂ ਕਿਸਾਨਾਂ ਨੂੰ। ਚਲੋ ਦੇਖੋ, ਇੱਕ ਚੀਜ਼ ਹੈ ਕਿ ਚਲੋ ਤੱਤ ਦਾ ਕੰਮ ਅਲੱਗ ਹੈਗਾ, ਪਰ ਜਿਹੜਾ ਮਿੱਟੀ 'ਚ ਪਾਇਆ ਤਾਂ ਉਹਨੂੰ ਖਿੱਚਣ ਦੀ ਸ਼ਕਤੀ ਵੱਧ ਗਈ, ਇਹ ਆਪਾਂ ਮੰਨ ਸਕਦੇ ਹਾਂ। ਹਾਂ, ਫੁੱਲ ਜੀ ਫੁੱਲ। ਤੇ ਇਹਦੇ 'ਚ ਚਾਰ ਚੀਜ਼ਾਂ ਆਪਾਂ ਨੂੰ ਸਪੈਸ਼ਲੀ ਧਿਆਨ ਰੱਖਣੀ ਹੁੰਦੀ ਹੈ ਕਿ ਜਦੋਂ ਇਹਦੀ ਵਰਤੋਂ ਕਰਨੀ ਹੈ, ਪਾਣੀ ਲੱਗਿਆ ਹੋਏ, ਪਾਣੀ ਲੱਗਣ ਤੋਂ ਬਾਅਦ ਨਮੀ ਹੋਏ, ਤੇ ਕਣਕ ਦੀ ਅਵਸਥਾ ਜਿਹੜੀ ਹੈ 30 ਤੋਂ ਲੈ ਕੇ 50 ਦਿਨ, ਮੈਕਸਿਮਮ 55 ਦਿਨ ਹੋਏ। ਤੁਹਾਡੀ ਜਿਹੜੀ ਵਰਤੋਂ ਹੋਈ ਹੈ ਇਹ 44-45 ਦਿਨਾਂ 'ਚ, 40-45 ਦਿਨਾਂ 'ਚ, 40-45 ਦਿਨਾਂ ਦੇ ਵਿੱਚ ਹੋਈ ਹੈ। ਤੇ ਇਹਦੀ ਕੱਟ ਨੋਜ਼ਲ ਨਾਲ ਇਹਦੀ ਸਪਰੇ ਹੋਣੀ ਚਾਹੀਦੀ? ਕੱਟ ਨੋਜ਼ਲ ਨਾਲ ਜੀ, ਉਹਦੇ ਨਾਲ ਸਪਰੇ ਨਾ ਕਰੋ। ਸਵਾ, ਹਾਂ, ਅੱਛਾ। ਉਹਦੇ ਨਾਲ ਕੀ ਹੈ ਕਿ ਛਿੜਕਣ 'ਚ ਆਪਣੇ 'ਚ ਗਲਤੀ ਹੁੰਦੀ ਹੈ। ਅੱਛਾ। ਤੇ ਦਵਾਈ 'ਚ ਨੁਕਸ ਕੱਢਦੇ ਨੇ, ਦਵਾਈ 'ਚ ਨੁਕਸ ਕੱਢਦੇ ਆ। ਤਾਂ ਵਈ 125-150 ਲੀਟਰ ਪਾਣੀ ਪਾਣਾ ਚਾਹੀਦਾ। ਇਹ ਮੈਂ ਜੀ
ਢੋਲੀ ਨਾਲ ਸਪਰੇਅ ਕਰੀਏ, ਵਧੀਆ ਜਿਹੜੀ ਡਰਮੀ ਹੱਥ ਵਾਲੀ ਹੁੰਦੀ ਆ ਉਸ ਸਿਸਟਮ ਨਾਲ ਕਰੀਏ ਸਪਰੇਅ ਸਾਰੇ ਬਾਂਹ 'ਚ, ਸਾਰੇ ਬਾਂਹ 'ਚ ਉਸ ਸਿਸਟਮ ਨਾਲ, ਉਸੇ ਸਪਰੇਅ ਨਾਲ ਜਿਹੜੇ ਨਾਲ ਇਹਦਾ ਡੈਮੋ ਲੱਗਿਆ ਉਸੇ ਸਿਸਟਮ ਨਾਲ ਸਪਰੇਅ ਕਰੀਏ ਸਾਰੇ ਬਾਂਹ 'ਚ, ਅਤੇ ਉਹਦਾ ਤੁਹਾਨੂੰ ਵਧੀਆ ਰਿਜ਼ਲਟ ਮਿਲਿਆ? ਉਹਦਾ ਰਿਜ਼ਲਟ ਵਧੀਆ ਮਿਲਿਆ, ਪਿੱਛੇ ਜਿਹੜਾ ਕਰਿਆ ਉਹਦਾ ਵੀ ਰਿਜ਼ਲਟ ਦੂਜੇ ਤੀਜੇ ਦਿਨ ਬਹੁਤ ਵਧੀਆ ਮਿਲੀ ਜਾਂਦਾ, ਮਿਲਣਾ ਸ਼ੁਰੂ ਹੋ ਗਿਆ। ਹਾਂਜੀ, ਜਿਹੜੇ ਨੂੰ 3 ਦਿਨ ਹੋਇਆ ਉਹਦਾ ਵੀ ਰਿਜ਼ਲਟ ਆ, ਵੀ ਦੇਖੋ ਤੁਸੀਂ ਸਾਰੇ, ਇਹ 3ਜਾ ਦਿਨ ਹੋ ਗਿਆ, ਇਹਨੂੰ 7ਵਾਂ ਦਿਨ ਹੋ ਗਿਆ, ਬਾਕੀ ਜਿਹੜਾ ਮੇਰਾ ਅੱਜ ਕੁਛ ਅੱਜ ਕਰੀਏ ਬਾਕੀ। ਜਸਵੀਰ ਜੀ ਦਾ ਬਾਈ ਦਾ ਪਲਾਟ ਦਿਖਾ ਦਈਏ, ਕੁਛ ਗੱਲਾਂ ਕਰਦੇ ਆ ਵੀ ਕਿਵੇਂ ਹਾਲ ਸੀ ਤੇ ਅੱਜ ਕੀ ਪੋਜੀਸ਼ਨ ਆ। ਦੇਖੋ ਸਾਰਾ ਜੀ, ਆ ਤੁਸੀਂ ਇਹਦੀ ਰੰਗਤ ਦੇਖ ਸਕਦੇ ਹੋ ਜੀ, ਜਿਹੜੀ ਆ ਰੰਗਤ ਆ ਜੀ, ਇੰਨਾ ਪਿਆਰਾ ਰੰਗ ਦੇਖੋ ਕਿੰਨਾ ਆ ਰੰਗਤ ਆ ਜੀ, ਇਹ ਬਹੁਤ ਪਲਤਨ ਚ ਰੰਗ ਸੀਗਾ। ਠੀਕ ਆ ਜੀ, ਇਹ ਜਿੰਨਾ ਵੀ ਕਹਿਦੇ ਆ ਆਪਾਂ ਵੀ ਬੋਰੀ ਯੂਰੀਆ ਦੀ ਪਾਉਣੀ ਹੈ, ਉਸ ਤਕਾਂ ਦਾ ਰਿਜ਼ਲਟ ਯੂਰੀਆ ਵੀ ਮਤਲਬ ਇੱਕਦਮ ਨਹੀਂ ਇੰਨਾ ਉਹ ਕਰਦੀ, ਜੋ ਵੀ 3-4 ਦਿਨ ਲਾਉਂਦੀ ਹੈ ਇਹਨੂੰ, ਅੱਜ 2ਜਾ ਦਿਨ ਹੋਇਆ ਜੀ ਐਸ ਵਾਰ ਨੂੰ। ਠੀਕ ਆ ਜੀ, ਤੇ ਬਸ ਮੇਨ ਚੀਜ਼ ਹੋ ਗਿਆ, ਪਹਿਲਾਂ ਪਾਣੀ ਲੱਗਣ ਤੋਂ ਬਾਅਦ 50-55 ਦਿਨ ਤੋਂ ਪਹਿਲਾਂ, ਹਾਂਜੀ 200 ml ਦਵਾਈ, 150 ਲੀਟਰ ਪਾਣੀ ਘੱਟ ਜੋ ਨੋਜ਼ਲ ਦੇ ਨਾਲ, ਮੈਕਸਿਮਮ ਨਦੀਨ ਮਾਰ ਰਹੀ ਹੈ। ਇੱਕ ਜੀ ਇਹ ਭੁੰਡੇ ਨਾਲ ਨਾ ਵਰਤੋਂ ਕਰੋ, ਅੱਛਾ ਜਿਹੜਾ ਆਪਾਂ ਪੈਟਰੋਲ ਵਾਲਾ ਭੁੰਡਾ ਉਹਦੇ ਨਾਲ ਨਾ ਵਰਤੋਂ ਕਰੋ, ਠੀਕ ਹੈ, ਰਿਜ਼ਲਟ ਨਹੀਂ ਵਧੀਆ ਮਿਲਦਾ, ਨਹੀਂ ਵਧੀਆ ਮਿਲਦਾ, ਮਤਲਬ ਸਹੀ ਤਰੀਕੇ ਨਾਲ ਦਵਾਈ ਨਹੀਂ ਪੈਂਦੀ। ਹਾਂ ਹਾਂ, ਸਹੀ ਤਰੀਕੇ ਨਾਲ ਦਵਾਈ ਨਹੀਂ ਪੈਂਦੀ, ਉੱਡਦੀ ਆ, ਉਹਦਾ ਵੇਸਟ ਜਾਂਦੀ ਆ ਦਵਾਈ, ਕੋਈ ਫਾਇਦਾ ਨਹੀਂ ਉਹਦਾ ਜੀ। ਠੀਕ ਹੈ, ਤੇ ਕਿਸਾਨ ਭਰਾਵਾਂ ਨੂੰ ਜੇ ਕਈ ਵਾਰ ਤੁਹਾਡਾ ਤੁਹਾਡੇ ਕੋਲ ਫੋਨ ਆਉਂਦਾ ਹੈ ਤਾਂ ਤੁਸੀਂ ਔਖੇ ਤਾਂ ਨਹੀਂ ਹੋਵੋਗੇ, ਕਈ ਵਾਰ ਪੁੱਛ ਲੈਂਦਾ? ਨਾ ਜੀ, ਨਾ ਨਾ, ਕੋਈ ਔਖੇ ਨਹੀਂ ਹੋਵਾਂਗੇ, ਜੇ ਜ਼ਿਮੀਦਾਰ ਦਾ ਕਿਸੇ ਗੱਲ ਨਾਲ ਫਾਇਦਾ ਹੁੰਦਾ ਉਹਨੂੰ ਵੱਧ ਤੋਂ ਵੱਧ ਦੱਸੋ ਜੋ, ਤੇ ਆਪਦਾ ਨਾਂ, ਪਿੰਡ ਤੇ ਕਿਹੜਾ ਨੰਬਰ ਜ਼ਰੂਰ ਦੱਸ ਦਿਓ। ਪਿੰਡ ਮੇਰਾ ਜੀ ਖੇਮੋਣਾ, ਹਾਂ, ਨਾਂ ਮੇਰਾ ਜਸਵੀਰ ਸਿੰਘ, ਨੰਬਰ ਮੇਰਾ 9464-80-162 ਜੀ। ਓਕੇ ਜੀ, ਧੰਨਵਾਦ ਤੁਹਾਡਾ, ਤੁਸੀਂ ਬਹੁਤ ਸਹੀ ਟਾਈਮ ਦਿੱਤਾ ਮੈਨੂੰ। ਸਤਿ ਸ਼੍ਰੀ ਅਕਾਲ।